ਬੰਦ ਮੁਰਦਾਬਾਦ 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 ਕਟਿਆ ਲੁਟੇਰਾ ਪ੍ਰਬੰਧ ਮੁਰਦਾਬਾਦ 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 ਜੋੜੀ ਜਾਂਦੀ ਹੈ ਇਸ ਪਰਿਵਾਰ ਨੂੰ ਕਿਹਾ ਜਾਂਦਾ ਕਿ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਹੈ ਜਿਹੜੀ ਵੀਡੀਓ ਦੇ ਵਿੱਚ ਮੁੰਡਾ ਖੁਦਕੁਸ਼ੀ ਕਰ ਗਿਆ। ਮੈਂ ਵੀ ਸੀਆਈ ਫਰੀਦਕੋਟ ਕੱਟ ਕੇ ਗਿਆ ਦੌਰ, ਤਾਂ ਮੈਨੂੰ ਵੀ ਪਤਾ ਸੀਆਈ ਹਵਾਲਾਤ ਦੇ ਵਿੱਚ ਕੋਈ ਪੱਖਾ ਨਹੀਂ ਹੁੰਦਾ, ਕੋਈ ਕੁੰਡੀ ਨਹੀਂ ਹੁੰਦੀ, ਕੋਈ ਅੰਦਰ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਵੀ ਕੋਈ ਸੁੱਚ ਆ, ਕੋਈ ਪਲੱਗ ਆ ਹੱਥ ਲਾ ਕੇ ਬੰਦਾ ਮਰ ਜੇ। ਕੈਮਰਾ ਉੱਤੇ ਲੱਗਿਆ ਹੋਇਆ, ਜੇ ਕੋਈ ਬੰਦਾ ਉੱਠ ਕੇ ਪਿਸ਼ਾਬ ਕਰਨ ਦਿੰਦਾ ਵਿੱਚੀ ਥੋੜਾ ਜਿਹਾ ਖਾਨਾ ਪਿਸ਼ਾਬ ਵਾਲਾ ਬਣਿਆ ਹੁੰਦਾ ਕਰਨ ਵਾਲਾ, ਤਾਂ ਸਾਰੀ ਗੱਲਬਾਤ ਬੈਠੇ ਮੇਰੇ ਕਮਰੇ ਕੋਲੋਂ ਸਾਰੀਆਂ ਨਕਲਾਂ ਉਹ ਨੋਟ ਕਰਦੇ, ਨਕਲ ਹਰਕਤ ਕੀ ਕਰ ਰਿਹਾ ਬੰਦਾ, ਕੀ ਐਕਟੀਵਿਟੀ ਕਰ ਰਿਹਾ। ਇਸ ਕਰਕੇ ਮੈਂ ਤੁਰੰਤ ਕਹਿਣਾ ਕਿ ਇਸਦੇ ਪ੍ਰਸ਼ਾਸਨ ਤੇ ਤੁਰੰਤ ਪਰਚਾ ਦਰਜ ਹੋਵੇ, ਅਗਲੀ ਇਨਵੈਸਟੀਗੇਸ਼ਨ ਹੋਵੇ, ਦੁੱਧ ਦਾ ਦੁੱਧ ਪਾਣੀ ਹੋ ਜਾਵੇ, ਇਹ ਗੱਲ ਸਾਰਿਆਂ ਦੇ ਸਾਹਮਣੇ ਹੋਣੀ ਚਾਹੀਦੀ ਹੈ। ਇਸ ਕਰਕੇ ਅਸੀਂ ਪੋਲੀਟੀਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ, ਸਰਜੀਤ ਸਿੰਘ ਰਾਇਆ, ਸਾਰੀ ਟੀਮ ਆਈ ਹੈ। ਅਸੀਂ ਭਾਈ ਤੁਹਾਡੇ ਨਾਲ ਨੰਗੇ ਪੈ ਰਹੀ ਹੈ, ਜਿਵੇਂ ਕੁਛ ਕਰੋਗੇ ਪਰ ਸੱਚ ਹੋਣਾ ਚਾਹੀਦਾ। ਜਿਹੜੀ ਇਨਵੈਸਟੀਗੇਸ਼ਨ ਟੀਮ ਬਣੋਗੇ ਉਹਦੇ ਵਿੱਚ ਇੱਕ ਬੰਦੇ ਬਣਾ ਕੇ ਸਾਰੇ ਲਾ ਕੇ, ਜਿਵੇਂ ਭਾਣਾ ਸਾਹਿਬ ਹੈ, ਸਾਰੀ ਟੀਮ ਬੈਠੀ ਹੈ, ਉਹਦੇ ਇੱਕ ਇੱਕ ਤੱਥ ਤੋਂ ਕਰਕੇ ਲੋਕਾਂ। ਜਿਸ ਦਿਨ ਇਹ ਕੰਮ ਸ਼ੁਰੂ ਹੋਇਆ, ਉਹ ਮੁੰਡਾ ਆਪਦੇ ਨਾਨਕੇ ਆਇਆ ਹੋਇਆ ਸੰਗਰਾਉਰ, ਉਹਨੂੰ ਦੋਵਾਂ ਮੁੰਡਿਆਂ ਨੇ ਫੋਨ ਕੀਤਾ ਢੁੱਡੀ ਵਾਲਿਆਂ ਨੇ, ਹੁਣ ਮੁੰਡਿਆਂ ਦਾ ਨਾਂ ਤਾਂ ਮੈਂ ਨਹੀਂ ਜਾਣਦਾ ਵੈਸੇ। ਉਹਨਾਂ ਕਿਹਾ ਵੀ ਤੂੰ ਇੱਥੇ ਕੀ ਮਚਾ ਰੱਤੀ ਰੋੜੀ ਵੀ ਗੁਰਦੁਆਰੇ ਆ ਜਾ, ਉੱਥੋਂ ਰੱਤੀ ਰੋੜੀ ਵੀ ਜਿਹੜਾ ਮੁੰਡਾ ਕਿਸੇ ਦਾ ਵਿਹਲੀ ਸੀ ਮੁੰਡਾ, ਰਾਤ ਨੂੰ ਉਹਨਾਂ ਨੇ ਸੱਦ ਕੇ ਰੱਤੀ ਰੋੜੀ ਗੁਰਦੁਆਰੇ ਹੀ ਸੱਦਿਆ। ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਦੀ ਮਿਲੀ ਭੁਗਤ ਸੀ ਪੁਲਿਸ ਵਾਲਿਆਂ ਨਾਲ ਕਿਸ ਤਰੀਕੇ ਸੀ, 11 ਵਜੇ ਜਾ ਕੇ ਪੁਲਿਸ ਵਾਲਿਆਂ ਨੇ ਉੱਥੋਂ ਚੁੱਕਿਆ ਉਹਨੂੰ, ਪੁਲਿਸ ਚੁੱਕ ਕੇ ਲਏ ਆ। ਜਦੋਂ ਤੜਕੇ 6 ਵਜੇ ਸਾਨੂੰ ਫੋਨ ਕਿਹਾ ਉਹਨਾਂ ਮੁੰਡਿਆਂ ਦਾ ਹੀ ਵੀ ਮੁੰਡਾ ਤੁਹਾਡਾ ਜਿਹੜਾ ਪੁਲਿਸ ਚੁੱਕ ਲਈ, ਪਤਾ ਨਹੀਂ ਕੀ ਗੱਲ ਆ। ਜਦੋਂ ਇਹ ਆ ਕੇ ਪੁੱਛਿਆ ਪੁਲਿਸ ਵਾਲਿਆਂ ਨੂੰ ਨਰਿੰਦਰ ਸਿੰਘ ਨੂੰ ਹੀ ਵੀ ਸਾਡਾ ਮੁੰਡਾ ਵੀ ਤੂੰ ਚੱਕ ਕੇ ਲਿਆਂਦਾ ਵੀ ਕਿੱਥੇ ਆ, ਉਹਨੇ ਉਸ ਵੇਲੇ ਇੱਕ ਨਾ ਕਿਹਾ ਮੈਂ ਬਹੁਤ ਗਲਤੀ ਕਰ ਬੈਠਾ, ਮੈਂ ਮੁੰਡੇ ਦੇ ਜਿਹੜਾ ਮੁੰਡੇ ਆਏ ਨੇ ਦੋ, ਇੱਕ ਜਣਾ ਆਇਆ ਨਿਹੰਗ ਸਿੰਘ ਉਹ ਲੈ ਗਿਆ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਮੈਂ ਉਹਨੂੰ ਦੇਣਾ ਨਹੀਂ ਸੀ। ਅਸੀਂ ਉਹਨੂੰ ਪੁੱਛਿਆ ਵੀ ਤੂੰ ਜੇ ਉਹਨੂੰ ਦਿੱਤਾ ਉਹਦਾ ਕੀ ਪਰੂਫ ਲਿਆ, ਕਿੱਥੋਂ ਦਾ ਹੈਗਾ, ਕੌਣ ਆ? ਕਹਿੰਦਾ ਵੀ ਕੋਈ ਚੀਜ਼ ਮੇਰੇ ਕੋਲ ਉਹਦੇ ਹੈ ਨਹੀਂ ਗਈ, ਮੈਂ ਕੋਈ ਪਰੂਫ ਨਹੀਂ ਲਿਆ, ਕੋਈ ਕੁਛ ਨਹੀਂ ਉੱਥੋਂ ਲਿਆ, ਮੁੰਡਾ ਦੇਤਾ ਤੁਹਾਡਾ, ਅਤੇ ਕੋਈ ਨਹੀਂ ਮੈਂ ਲੱਭਦਾ ਹਾਂ। ਉਸ ਤੋਂ ਬਾਅਦ ਫਿਰ ਦੁਬਾਰਾ ਜਦੋਂ ਮਿਲੇ ਹਾਂ, ਫਿਰ ਵੀ ਉਹਨੇ ਕਿਹਾ ਵੀ ਸਾਰੇ ਮੁਲਾਜ਼ਮ ਜਿਹੜੇ ਉਹ ਡਿਊਟੀਆਂ 'ਤੇ ਗਏ ਹੋਏ ਆ, ਵੋਟਾਂ ਦਾ ਕੰਮ ਚੱਲਦਾ, ਅਤੇ ਤੁਹਾਡਾ ਮੁੰਡਾ ਅਸੀਂ ਸ਼ਾਮ ਤੱਕ ਲੱਭ ਕੇ ਦੇ ਦਿੰਦੇ ਹਾਂ। ਸ਼ਾਮ ਨੂੰ 6 ਵਜੇ ਉਹਨੇ ਆਪ ਨੂੰ ਗੋਲੀ ਮਾਰ ਕੇ ਹਾਂਜੀ ਆਪ ਆਤਮ ਹੱਤਿਆ ਕਰ ਗਿਆ। ਉਸ ਤੋਂ ਬਾਅਦ ਫਿਰ ਦਿਹਾੜੀ ਤਾਂ ਪੁਲਿਸ ਨੇ ਕੋਈ ਗੱਲ ਨਾ ਸੁਣੀ, ਨਾ ਕੀਤੀ, ਨਾ ਹੋਈ, ਆਉਂਦੇ ਰਹੇ, ਕੁਛ ਨਹੀਂ ਹੋਇਆ। ਅਸਲ ਤੁਹਾਡੇ ਬੇਟੇ ਨਾਲ ਹੋਇਆ ਕੀ? ਅਸਲ ਤਾਂ ਇਹ ਹੀ ਹੈ ਵੀ ਨਰਿੰਦਰ ਸਿੰਘ ਲਿਆਇਆ ਚੁੱਕ ਕੇ ਉਹਨੇ ਮਾਰਿਆ। ਅਤੇ ਡੈੱਡ ਬੋਡੀ ਦੇ ਦਿੱਤੀ ਤੁਹਾਨੂੰ ਕਿ ਨਹੀਂ? ਡੈੱਡ ਬੋਡੀ ਤਾਂ ਦਿੱਤੀ ਨਹੀਂ, ਦੇ ਦਿੰਦੇ ਫਿਰ ਤਾਂ ਰੌਲਾ ਹੀ ਅੱਧਾ ਮੁੱਕ ਜਾਂਦਾ। ਹੁਣ ਅੱਜ ਇਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਵੀ ਦੋ ਜਿਹੜੇ ਪੁਲਿਸ ਵਾਲੇ ਉਹਦੇ ਨਾਲ ਸੀ ਬਾਡੀਗਾਰਡ SHO ਦੇ, ਵੀ ਉਹਨਾਂ 'ਤੇ ਪਰਚਾ ਕਰਤਾ ਹੈ ਅਤੇ ਤੁਹਾਡੀ ਡੈੱਡ ਬੋਡੀ ਜਿਹੜੀ ਉਹ ਨਹਿਰਾਂ 'ਚੋਂ ਲੱਭ ਕੇ ਦਿੰਦੇ ਹਾਂ, ਨਹਿਰਾਂ ਹੀ ਸੁੱਟੀ ਹੈ। ਕੋਈ ਵਜ੍ਹਾ ਰੰਜਿਸ਼ ਕੋਈ ਪਤਾ ਲੱਗੀ? ਕੋਈ ਨਹੀਂ ਪਤਾ ਲੱਗਾ ਅਜੇ ਤੱਕ ਸਾਨੂੰ। ਕੀ ਮੰਗ ਹੈ ਤੁਹਾਡੀ? ਸਾਡੀ ਇਹੀ ਮੰਗ ਆ ਵੀ ਇੱਕ ਤਾਂ ਜਿਹੜੀ ਲਾਸ਼ ਆ ਉਹ ਸਾਨੂੰ ਮਿਲਣੀ ਚਾਹੀਦੀ ਹੈ, ਔਰ ਜਿਹੜੇ ਦੋਸ਼ੀ ਆ ਪੁਲਿਸ ਕਰਮਚਾਰੀ ਉਹਨਾਂ ਦੇ ਪਰਚਾ ਹੋ ਕੇ ਉਹਦੀ ਨਕਲ ਸਾਨੂੰ ਮਿਲੇ, ਫਿਰ ਸਾਨੂੰ ਤਸੱਲੀ ਹੋਊਗੀ ਵੀ ਹਾਂ ਵੀ ਇਹਨਾਂ 'ਤੇ ਪਰਚਾ ਹੋ ਗਿਆ। ਜਿੰਨਾ ਚਿਰ
ਜ਼ਬਾਨੀ ਕਈ ਵਜਨ ਵੀ ਅਸੀਂ ਪਰਚਾ ਦੇਤਾ, ਕੀ ਪਤਾ ਪੁਲਿਸ ਵਾਲਿਆਂ ਨੇ ਪੁਲਿਸ ਵਾਲਿਆਂ ਦੀ ਕਰਨੀ ਹੈ ਕੀ ਹੋਣਾ ਹੈ। ਤੁਹਾਨੂੰ ਪ੍ਰਵਾਨ ਕਰ ਦਿੱਤੀ ਗਈ ਸੀਗੀ, ਉਸ ਤੋਂ ਬਾਅਦ ਅਸੀਂ ਅਗਲੀ ਇਨਵੈਸਟੀਗੇਸ਼ਨ ਜਿਹੜੀ ਅਸੀਂ ਚਾਰ ਅਫਸਰ ਉਹਦੇ ਵਿੱਚ ਸ਼ਾਮਿਲ ਹਾਂ ਅਤੇ ਉਹਦੀ ਪੜਤਾਲ ਦੇ ਵਿੱਚ ਅਸੀਂ ਜੋ ਨਵੀਂ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਅਸੀਂ ਇਹਨਾਂ ਦੇ ਨਰਿੰਦਰ ਸਿੰਘ ਹੋਣਾਂ ਦੇ ਜਿਹੜੇ ਦੋ ਮੁਲਾਜ਼ਮ ਸੀਗੇ ਸੁਖਮੰਦਰ ਅਤੇ ਦਰਸ਼ਨ, ਉਹਨਾਂ ਦੀ ਜਿਹੜੀ ਇਨਵੋਲਵਮੈਂਟ ਇਹਦੇ ਵਿੱਚ ਸਾਹਮਣੇ ਆਈ ਉਹ ਅਸੀਂ ਦੋਵੇਂ ਬੰਦੇ ਉਹਨੂੰ ਇਸ ਮੁਕੱਦਮੇ ਦੇ ਵਿੱਚ ਨਾਮਜ਼ਦ ਕਰਕੇ ਅਤੇ ਅਸੀਂ ਉਹਨਾਂ ਨੂੰ ਕੱਲ੍ਹ ਦਾ ਗ੍ਰਿਫਤਾਰ ਕਰ ਲਿਆ ਰਾਤ ਦਾ, ਉਹ ਸਾਡੀ ਹਿਰਾਸਤ ਵਿੱਚ ਨੇ ਸਰ। ਤੁਹਾਡੇ ਕੋਲੋਂ ਹੋ ਸਕਦਾ ਕੱਲ੍ਹ ਆ ਗਈ ਹੋਏਗੀ। ਅਗਲਾ ਅਪਡੇਟ ਜਿਹੜਾ ਇਹਦੇ ਵਿੱਚ ਇਹ ਆ ਕਿ ਅਸੀਂ ਆਪਣੀਆਂ ਪਾਰਟੀਜ਼ ਜਿਹੜੀਆਂ ਨੇ ਉਹ ਮੂਵ ਕੀਤੀਆਂ ਨੇ, ਉਹ ਇਸ ਵੇਲੇ ਮਿੱਡੂ ਖੇੜੇ ਤੱਕ ਸਾਰੀ ਜਿਹੜੀ ਨਹਿਰ ਆ ਇਹਦੇ ਉੱਤੇ ਅਸੀਂ ਤੈਨਾਤ ਕੀਤੀਆਂ ਨੇ, ਉੱਥੋਂ ਤੱਕ ਵੀ ਪਹੁੰਚੀਆਂ ਨੇ ਅਤੇ ਉਹ ਅਸੀਂ ਉੱਥੇ ਡੈੱਡ ਬੋਡੀ ਲੱਭਣ ਦੀ ਜਿਹੜੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉਮੀਦ ਆ ਕਿ ਅਸੀਂ ਉਹਦੇ ਵਿੱਚ ਸਫਲ ਹੋ ਜਾਵਾਂਗੇ, ਉਹ ਅਸੀਂ ਸਾਰੀਆਂ ਪਾਰਟੀਆਂ ਉੱਥੇ ਆਪਣੀ ਹੋਏ। ਸਰ ਇਹ ਕਲੀਅਰ ਆ ਕਿ ਜਿਹੜੀ ਡੈੱਡ ਬੋਡੀ ਹੈ ਨਹਿਰ 'ਚ ਹੀ ਡਿਸਪੋਜ਼ ਕੀਤੀ ਗਈ ਹੈ? ਹਾਂਜੀ, ਇਹਦੇ ਉੱਤੇ ਅਸੀਂ ਸਾਰਾ ਜਿੰਨਾ ਚਿਰ ਸਾਨੂੰ ਮਿਲ ਨਹੀਂ ਜਾਂਦੀ ਹੁਣ ਤੱਕ ਦੀਆਂ ਜਿਹੜੀਆਂ ਗੱਲਾਂ ਆਈਆਂ ਉਹਦੇ ਮੁਤਾਬਕ ਤਾਂ ਇਹੀ ਹੈ ਕਿ ਜਿਹੜੀ ਡੈੱਡ ਬੋਡੀ ਨਹਿਰ ਦੇ ਵਿੱਚ ਜਿਹੜੇ ਦੋ ਮੁਲਾਜ਼ਮ ਤੁਸੀਂ ਕਹਿ ਰਹੇ ਹੋ ਕਿ ਵਿੱਚ ਉਹਨਾਂ ਦੇ ਨਾਮਜ਼ਦ ਕੀਤੇ ਆ ਉਹ ਨਾਲ ਸੀਗੇ ਤਾਂ ਉਹਨਾਂ ਨੂੰ ਤਾਂ ਕਲੈਰਿਟੀ ਹੋਊਗੀ? ਹਾਂਜੀ ਹਾਂਜੀ, ਉਹ ਇਨਫੋਰਮੇਸ਼ਨ ਹਾਂਜੀ ਹਾਂਜੀ ਸਾਨੂੰ, ਅਸੀਂ ਉਸੇ ਬੇਸਿਸ ਤੇ ਤੁਹਾਨੂੰ ਨਿਸ਼ਾਨ ਦੀ ਉਹਨਾਂ ਨੇ ਜਗ੍ਹਾ ਦੱਸੀ ਹੋਣੀ ਹੈ ਕਿੱਥੇ ਸਿੱਟੀ, ਉਸੇ ਬੇਸਿਸ ਹਾਂਜੀ ਉਸੇ ਬੇਸਿਸ ਦੇ ਉੱਤੇ ਤੁਹਾਨੂੰ ਦੱਸ ਰਹੇ ਹਾਂ। ਇਹਨਾਂ ਨੇ ਮਚਾਕੀ ਮਲ ਸਿੰਘ ਜਿਹੜਾ ਹੈਡ ਆ ਉਹਦੇ ਲਾਗੇ ਜਾ ਕੇ ਸਾਰਾ ਕੁਝ ਕੀਤਾ। ਜਿਹੜੇ ਦੋ ਨੌਜਵਾਨ ਤੁਸੀਂ ਖੜੇ ਹੋਏ ਆ ਰੋਸ਼ਨੀ ਵਿੱਚ ਨਹੀਂ ਸੀ ਹੈਗੀ ਜੋ ਜੋ ਹੁਣ ਸਾਨੂੰ ਸਾਰਿਆਂ ਨੂੰ ਪਤਾ, ਉਦੋਂ ਜਿਹੜੀ ਸਾਨੂੰ ਦਰਖਾਸਤ ਦਿੱਤੀ ਗਈ ਸੀ ਉਹਦੇ ਆਧਾਰ ਦੇ ਉੱਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਸੀਗਾ ਤੇ ਉਹਦੇ ਉੱਤੇ ਜਿਹੜੇ ਦੋਵੇਂ ਮੁੰਡਿਆਂ ਦੇ ਉਹਦੇ ਵਿੱਚ ਨਾਂ ਸੀਗਾ। ਲੇਕਿਨ ਜਿਹੜੀ ਹੁਣ ਤਾਜ਼ਾ ਤਰੀਨ ਜਿਹੜੀ ਗੱਲ ਆਈ ਆ ਉਹਦੇ ਵਿੱਚ ਆ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹ ਹੈ ਸਾਰਾ ਕੁਝ। ਚਾਰ ਪਾਰਟੀਆਂ ਗਈਆਂ ਨੇ ਸਾਡੀਆਂ, ਬਾਕੀ ਅਸੀਂ ਐਸ ਪੀ ਮੁਕਤਸਰ ਤੋਂ ਵੀ ਮਦਦ ਲੈ ਰਹੇ ਹਾਂ, ਐਸ ਐਚ ਓ ਲੰਬੀ ਤੋਂ ਵੀ ਹੈਲਪ ਲੈ ਰਹੇ ਹਾਂ। ਨਹੀਂ ਪ੍ਰਾਈਵੇਟ ਗੁੱਤਾ ਕੋਲ ਸਾਡੇ ਕੋਲ ਅਵੇਲੇਬਲ ਹੈਗੇ ਜਿਹੜੇ ਬੰਦਿਆਂ ਦੀ ਹੁਣ ਤੱਕ ਜੋ ਵੀ ਇਹਦੇ ਵਿੱਚ ਸ਼ਮੂਲੀਅਤ ਆਈ ਆ ਫੋਨ ਆਈ ਜਾਂਦਾ ਉਹਦਾ ਆਈਡੀ ਕਾਰਡ ਆਈਡੀ ਆ।